ਅਸਲਾਮੁਆਲੇਕ ਸਜਣਾ ਤੇ ਮਿੱਤਰੋ ਕੀ ਹਾਲ ਨੇ ਤੁਹਾਡੇ ਹੋਰ ਸੁਣਾਓ ਕਰ ਬਾਹਰ ਕੰਮ ਕਰ ਸਤੰਮ ਠੀਕ ਨੇ ਭਰਾਵਾਂ ਦੀਆਂ ਦੋਸਤੋ ਅੱਜ ਤੁਹਾਨੂੰ ਇਨਸ਼ਾਅੱਲਾ ਵਿਜ਼ਿਟ ਕਰਾਵਾਂਗੇ ਆਪਣੇ ਪਿੰਡ ਦਾ ਚੱਕ ਨੰਬਰ 114 ਜੀੰਬੇ ਫੈਸਲਾਬਾਦ ਮਿਲਦ ਰੋਡ ਦੇ ਵਾਕਿਆ ਜ ਆਪਣਾ ਪਿੰਡ ਤੇ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਆਬਾਦੀ ਜਿਹੜੀ ਮਹਾਜਰ ਲੋਕਾਂ ਦੀ ਜਿਹੜੇ 1947 ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਤੋਂ ਹਿਜਰਤ ਕਰਕੇ ਪਾਕਿਸਤਾਨ ਆਏ ਸੀ ਕੁਝ ਲੋਕਾਂ ਦੇ ਘਰ ਜਿਹੜੇ ਆ ਉਹ ਮੁਕਾਮੀ ਵੀ ਐ ਇੱਥੇ ਜਿਹੜੇ ਪਹਿਲਾਂ ਤੋਂ ਵਾਸੀ ਸੀ ਇਸ ਪਿੰਡ ਦੇ ਇਹ ਪਿੰਡ ਅਸਲ 'ਚ ਦੋਸਤੋ ਸਿੱਖਾਂ ਦਾ ਪਿੰਡ ਸੀ ਸਰਦਾਰ ਜਿਨ੍ਹਾਂ ਨੂੰ ਕਹਿੰਦੇ ਆਪਾਂ ਪੰਜਾਬ ਦੇ ਚੜ੍ਹਦੇ ਪੰਜਾਬ ਵਾਲੇ ਪਾਸੇ ਦੇ ਸਰਦਾਰ ਤੇ ਅੱਜ ਕੱਲੇ ਇੱਥੇ ਮੁਸਲਮਾਨਾਂ ਦਾ ਬੋਲਬਾਲਾ ਜੀ ਇਹ ਤਾਂ ਦਿਖਾਉਨੇ ਆ ਪਿੰਡ ਦੇ ਛੋਟਾ ਜਿਹਾ ਪਿੰਡ ਆ ਜ਼ਿਆਦਾ ਵੱਡਾ ਪਿੰਡ ਨਹੀਂ ਤੇ ਚਲੋ ਤੁਹਾਨੂੰ ਕਰਾਉਨੇ ਆਂ ਸੈਰ ਆਪਣੇ ਪਿੰਡ ਦੀ ਲੋ ਵੀ ਦੋਸਤੋ ਆਪਾਂ ਜਾ ਰਹੇ ਆਂ ਜੀ ਜਦੂਗੁਰ ਭਾਈ ਦੇ ਘਰੋਂ ਨਿਕਲੇ ਆਂ ਇਹ ਆ ਜੀ ਮੇਨ ਰੋਡ ਜਿਹੜਾ ਦਿਆਲਗੜ ਤੋਂ ਛੱਡ ਪੈਣ ਵਾਸਤੇ ਆਉਂਦਾ 114 ਨਿੰਬੇ ਦੇ ਇਹ ਮੈਂ ਬਾਈਕ ਤੁਸੀਂ ਦੇਖ ਰਹੇ ਹੋ ਦਿਆਲਗੜ ਤੋਂ ਆ ਰਹੀ ਹੈ ਅੱਗੇ ਜਾ ਕੇ ਮਿਲਤ ਰੋਡ ਤੇ ਇਹ ਆਪਣਾ ਟੱਚ ਕਰਦਾ ਸਾਨੂੰ ਤੇ ਸ਼ਹਿਰ ਦੇ ਨਾਲ ਜੋੜਦਾ ਜੀ ਫਿਰ ਮੁੜਦੇ ਆ ਜੀ ਆਪਾਂ ਹੁਣ ਛੱਡੀ ਸਾਈਡ ਤੇ ਇਹ ਦੋਸਤੋ ਆਬਾਦੀ ਜਿਹੜੀ ਤੁਹਾਨੂੰ ਲੈਫਟ ਸਾਈਡ ਤੇ ਦਿਖ ਰਹੀ ਹੈ ਇਹ ਹੁਣ ਨਵੇਂ ਘਰ ਬਣੇ ਆ ਜੀ ਇਹ ਪਹਿਲਾਂ ਇੱਥੇ ਕੋਈ ਨਹੀਂ ਸੀ ਇੱਥੇ ਜੀ ਡਾਕਟਰ ਨजीर ਸਾਹਿਬ ਉਹਨਾਂ ਦਾ ਘਰ ਸੀ ਜਿਹੜੇ ਸਭ ਤੋਂ ਪੁਰਾਣੇ ਡਾਕਟਰ ਸੀ ਜੀ ਇਸ ਪਿੰਡ ਦੇ ਉਹਨਾਂ ਤੋਂ ਇਲਾਵਾ ਪੂਰੇ ਪਿੰਡ ਦੇ ਵਿੱਚ ਡਾਕਟਰ ਕੋਈ ਨਹੀਂ ਸੀ ਇਹ ਬਾਹਰ ਦਾ ਰੋਡ ਹੈ ਜੀ 메ਨ ਤੇ ਨਾਲ ਭਾਈ ਸਾਡੇ ਸੇਬ ਭਾਈ ਅੱਜ ਉਨਾਂ ਨੇ ਕਿਹਾ ਵੀ ਆ ਜੇ ਤੇ ਹੈ ਭਾਈਆ ਤੁਹਾਡਾ ਤੇ ਹੈ ਬਾਈ گاਉਂ ਇਹ ਜੇ ਲੇਕਿਨ ਸਾਨੂੰ ਵਿਜ਼ਿਟ ਕਰਾਓ ਵਾ ਪਿੰਡਾਂ ਦੀਆਂ ਦੋਸਤੋ ਇਹ ਮੌਜਾਂ ਜਿਹੜੇ ਵੇਲੇ ਮਰਜ਼ੀ ਬਾਹਰ ਨਿਕਲ ਜਾਓ ਕੋਈ ਨਾ ਕੋਈ ਭੈਣ ਭਰਾ ਤੁਹਾਨੂੰ ਮਿਲ ਹੀ ਜਾਣਾ ਬੱਚੇ ਖੇਡ ਰਹੇ ਆ ਜੀ ਅੱਜ ਕਿਉਂਕਿ ਸੰਡੇ ਆ ਛੁੱਟੀ ਇੰਜੋਏ ਕਰ ਰਹੇ ਆ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋਇਆ ਜੀ ਇੱਥੇ ਪਿੰਡਾਂ ਦੇ ਦੋਸਤੋ ਆ ਇਹ ਆ ਹਰੀਆਲੀ ਬਹਾਰਾਂ ਇਹ ਨਹੀਂ ਹੈ ਸ਼ਰਾਂ ਤਰ੍ਹਾਂ ਵੀ ਛੁੱਟੀਆਂ ਛੁੱਟੀਆਂ ਗਲੀਆਂ ਇੱਥੇ ਬਾਜ਼ਾਰ ਖੁੱਲਿਆ ਆ ਤੇ ਬਾਹਲੀ ਸਾਈਡ ਆ ਨਾ ਬਾਉਂਡਰੀ ਲਾਨੀ ਜਾਨੀ ਜਿਹਨੂੰ ਕਹ ਰਹੇ ਹੋ ਐ ਮੇਨ ਬਾਜ਼ਾਰ ਆ ਤੁਹਾਨੂੰ ਵਾਪਸੀ ਦਾ ਆਗੇ ਦਾ ਕਰੋਨੇ ਵਿਜ਼ਿਟ ਐ ਨਾਲ ਭਾਈ ਆ ਤੁਹਾਨੂੰ ਆ ਸਾਰਾ ਕੁਝ ਵੀ ਦੇਖਣ ਨੂੰ ਮਿਲਣਾ ਆ ਦੋਸਤੋ ਖੱਬੇ ਪਾਸੇ ਤੇ ਜਿਹੜੀਆਂ ਜ਼ਮੀਨਾਂ ਆਂ ਜੀ ਪਿੰਡ ਦੇ ਭਰਾਵਾਂ ਦੀਆਂ ਤੇ ਆ ਦੇਖੋ ਕਮਾਦ ਦੀ ਫਸਲ ਮਾਸ਼ਾਅੱਲਾ ਦੇਖੋ ਕਮਾਦ ਕਿੰਨਾ ਜ਼ਬਰਦਸਤ ਹੈ ਅੱਲਾਹ ਤਾਲਾ ਕਿ ਨਸੀਬਾਂ ਵਿੱਚ ਕਰੇ ਤੇ ਇਹ ਸੱਜੀ ਸਾਈਡ ਤੇ ਆ ਜੀ ਸਾਡੇ ਛੱਪੜ ਹੁਣ ਦਿਖਾਇ ਰ ਇਹਦਾ ਨਾਮ ਉਹ ਨਿਸ਼ਾਨ ਹੀ ਮਿੱਟ ਗਿਆ ਲੇਕਿਨ ਸਾਡੇ ਪਿੰਡ ਦੇ ਵਿੱਚ ਦੋਸਤੋ ਇਹ ਦੋ ਛੱਪੜ ਸੀ ਮੇਨ ਬਹੁਤ ਵੱਡੇ ਹੁਣ ਦਿਖਾਇ ਲੋਕਾਂ ਨੇ ਕਵਰ ਕਰ ਕਰ ਕੇ ਕਰ ਕਰ ਕੇ ਤੇ ਬਿਲਕੁਲ ਹੀ ਮਕਾਨ ਸ਼ਕਾਨ ਬਣਾ ਕੇ ਇਹਦਾ ਵੈਸੇ ਹੀ ਸਤਿਆਨਾਸ਼ ਕਰਤਾ ਐ ਰਹੀ ਇੱਥੇ ਸਰਦਾਰ ਸਾਹਬ ਸੀਗੇ ਜੀ ਇਹ ਕਾਹਦੇ ਵੀ ਭਾਈ ਦੇਖ ਲਓ ਐ ਨਾਲ ਦੇਖੋ ਭਾਈ ਸਾਡੇ ਗੰਦੇ ਬੰਦੇ ਵੀ ਜੈਸ਼ੀ ਕਰ ਰਿਆ ਤੇ ਸਾਬ ਜੀ ਗਾ ਜੀ ਇੱਕ ਹੈ ਜਿਹੜੀ ਮੇਨ ਤੁਸੀਂ ਅੱਗੇ ਸੜਕ ਦੇ ਰਹੇ ਹੋ ਨਾ ਜੀ ਕੱਚੀ ਇਹ ਉਹ ਸਾਬ ਦੇ ਨਾਮ ਤੋਂ ਹਜੇ ਮਸ਼ਹੂਰ ਆਗੇ ਹਜੇ ਤੱਕ ਵੀ ਪਿੰਡ ਵਾਲੇ ਇਹਨੂੰ ਸਾਬ ਦੀ ਸੜਕ ਕਹਿੰਦੇ ਆ ਕਿਉਂਕਿ 75 ਸਾਲ ਹੋ ਗਏ ਲੇਕਿਨ ਹਜੇ ਵੀ ਨਹੀਂ ਭੁੱਲੇ ਐ ਸੱਜੀ ਸਾਈਡ ਤੇ ਤੁਸੀਂ ਦੇਖ ਰਹੇ ਹੋ ਦੋਸਤੋ ਜਿਹੜਾ ਪਿੰਡ ਆ ਨਾ ਆਪਣਾ ਇਹ ਮੇਨ ਮੇਨ ਪਿੰਡ ਸਰ ਆਪਣਾ ਇਹ ਹੀ ਆ ਆ ਖੱਬੀ ਸਾਈਡ ਤੇ ਆਬਾਦੀ ਹੁਣ ਜਿਸ ਤਰ੍ਹਾਂ ਆਬਾਦੀ ਵਧ ਰਹੀ ਆ ਤੇ ਤੁਹਾਨੂੰ ਪਤਾ ਘਰਾਂ ਦੇ ਵਿੱਚ ਸਲੂਗ ਵੀ ਉਹਨਾਂ ਕੀ ਰਹਿ ਗਿਆ ਕਿ ਭੈਣਾ ਭਰਾ ਇਕੱਠੇ ਨਹੀਂ ਰਹਿੰਦੇ ਹਰ ਬੰਦੇ ਨੂੰ ਆਪਣਾ ਘਰ ਚਾਹੀਦਾ ਅਲੱਗ ਦਾ ਤੋਂ ਤੋ ਭਾਈ ਨਵੇਂ ਤੋਂ ਨਵੇਂ ਘਰ ਬਣ ਰਹੇ ਨਵੇਂ ਤੋਂ ਨਵੇਂ ਛੜਾਂ ਦੇ ਵਾਂਗ ਪਿੰਡ ਛੱਡ ਕੇ ਬਾਹਰ ਕਿਉਂਕਿ ਪਿੰਡ ਵੀ ਛੋਟਾ ਜਿਹਾ ਜਗ੍ਹਾ ਇਹ ਨਹੀਂ ਹੈ ਨਹੀਂ ਸੀ ਫਿਰ ਬਾਹਰ ਜਿੱਨਾਂ ਦੀ ਫਸਲ ਨਾਲ ਲੱਗਦੀ ਸੀ ਇਹ ਮੇਨ ਰੋਡ ਆ ਜਿਹੜਾ ਸਾਹਮਣੇ ਜਾ ਕੇ 111 ਜਿੰਬੇ ਢੋਲਣ ਨਾਲ 12 ਹਰਮੋਇਆਂ ਤੇ ਜਾ ਕੇ ਬਨਾਲੇ ਜਾ ਚੜਦਾ ਜੀ ਆ ਕਿਹੜੇ ਨਜ਼ਾਰੇ ਆ ਜੀ ਦੇਖੋ ਆ ਜੀ ਮੇਨ ਸਾਡੇ 60 ਫੁੱਟ ਦੇ ਬਾਜ਼ਾਰ ਆ ਇਸ ਪਿੰਡ ਦੇ ਵਿੱਚ ਚਾਰੇ ਮੇਨ ਬਾਜ਼ਾਰ ਜਿਹੜੇ 60-60 ਫੁੱਟ ਦੇ ਬਾਜ਼ਾਰ ਆ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਕਿੰਨੇ ਖੁੱਲੇ ਮਾਸ਼ੱਲਾ ਲੇਕਿਨ ਆਵਾਮ ਨੇ ਫਿਰ ਵੀ ਕਬਜ਼ਾ ਅਸੀਂ ਉਹਨਾਂ ਕੋ ਜਿੰਨਾ ਕਿ ਸਾਡੇ ਕੋ ਹੋ ਸਕਦਾ ਅਸੀਂ ਕੀਤਾ ਇਹ ਨਹੀਂ ਵੀ ਅਸੀਂ ਬਾਜ਼ਾਰ ਇੰਨੇ ਹੀ ਖੁੱਲੇ ਰਹਿਣ ਦੇਾਂਗੇ ਆਜ ਮਾਸ਼ਾਅੱਲਾ ਆਪਣਾ ਘਰ ਜੀ ਅੱਲਾਹ ਪਾਕ ਦਾ ਲੱਖ ਲੱਖ ਵਾਰੀ ਸ਼ੁਕਰ ਆ ਇਹ ਨਾਲ ਮਾਮੂ ਦਾ ਘਰ ਆ ਜੀ ਇਹ ਖੱਬੀ ਸਾਈਡ ਤੇ ਤੁਸੀਂ ਦੇਖ ਰਹੇ ਹੋ ਜਿਹੜੇ ਵੀ ਇਹ ਆਪਣੇ ਘਰ ਹੀ ਆ ਜੀ ਬਰਾਦਰੀ ਦੇ ਇਹ ਆ ਦੇਖੋ ਜੀ ਸਾਹਮਣੇ ਸਪੀਕਰ ਲੱਗੇ ਪਿੰਡਾਂ ਦੀਆਂ ਬਾਰਾਂ ਸਬਜ਼ੀ ਦੇ ਐਲਾਨ ਗੋਸ਼ਤ ਦੇ ਐਲਾਨ ਕੀ ਬਾਤ ਆ ਕਿਆ ਬਾਤ ਹੈ ਭਾਈ ਕਿਆ ਬਾਤ ਵਾਹ ਜੀ ਵਾਹ ਆ ਇਹ ਦੇਖੋ ਜੀ ਇਹ ਜੀ ਕਬੀਚਾ ਨੂੰ ਮੇਨ ਚੌਕ ਸੀ ਜਿੱਥੋਂ ਆਪਾਂ ਇਥੋਂ ਟਰਨ ਕੀਤਾ ਸਾਹਮਣੇ ਖਜੂਰ ਆ ਜੀ ਮਾਸ਼ਾ ਅੱਲਾ ਡੁਕੇ ਡੁਕੇ ਲੱਗੇ ਆ ਤੇ ਕਿਆ ਬਾਤ ਕਿਆ ਬਾਤ ਇਹ ਜੀ ਮਹਿਰ ਜਨਰਲ ਕਰਿਆਨਾ ਸਟੋਰ ਮਹਿਰ ਬशीर ਸਾਹਿਬ ਅੱਲਾ ਤਾਲਾ ਉਹਨਾਂ ਨੂੰ ਜੰਨ ਵਿੱਚ ਜਗ੍ਹਾ ਦੇਵੇ ਜੀ ਦਾ ਇਲਾਕਾ ਵਫਾਤ ਫਾਗਰ ਫਰਮਾਇਆ ਗਿਆ तकरीबन ਕੋ 2-3 ਸਾਲ ਹੋ ਗਏ ਲੇਕਿਨ ਇਹ ਸਭ ਤੋਂ ਪੁਰਾਣੀ ਦੁਕਾਨ ਪੂਰੇ ਪਿੰਡ ਦੀ ਆ ਵੀ ਦੇਖੋ ਜੀ ਆ ਬਾਜ਼ਾਰ ਪੂਰੇ ਪਿੰਡ ਦੀ ਸਭ ਤੋਂ ਪੁਰਾਣੀ ਦੁਕਾਨ ਹੈ ਜੀ ਬਾਕੀ ਦੁਕਾਨਾਂ ਸ਼ਕਾਨਾਂ ਕਰਿਆਨੇ ਦੀਆਂ ਬਾਅਦ ਚ ਬਣੀਆਂ ਮੇਨ ਇਹਨਾਂ ਦੀ ਪਹਿਲਾਂ ਸਾਈਕਲਾਂ ਦੀ ਦੁਕਾਨ ਹੁੰਦੀ ਸੀ ਜੀ ਇਹ ਸਾਹਮਣੇ ਦੇ ਲੋਈ ਜੀ ਜਮਿਆ ਮਸਜਿਦ ਹੈ ਜੀ ਤੇ ਆਪਣਾ ਮਸਜਿਦ ਰਹਿਮਾਨ ਇਹਲੇ ਹਦੀਸ ਭਰਾ ਜਿਹੜੇ ਉਹਨਾਂ ਦੀ ਮਸਜਿਦ ਹੈ ਜੀ ਇਹ ਬਾਅਦ ਵਿੱਚ ਤਮੀਰ ਹੋਈ ਹੈ ਮੇਨ ਮਸਜਿਦ ਜਿਹੜੀ ਹੋ ਗਈ ਹੈ ਤੁਹਾਨੂੰ ਦਿਖਾਉਨੇ ਆ ਜਿਹੜੀ ਯਾਨੀ ਸ਼ੁਰੂਲਾਦ ਜੋ ਪਾਕਿਸਤਾਨ ਬਣਿਆ ਉਦੋਂ ਤੋਂ ਜਿਹੜੀ ਪਾਕਿਸਤਾਨ ਦੀ ਮਸਜਿਦ ਆ ਉਹ ਆਪਣੇ ਪਿੰਡ ਦੇ ਵਿੱਚ ਜੀ ਕਰਿਆਨੇ ਦੀਆਂ ਦੁਕਾਨਾਂ ਹੁਣ ਛੋਟੀਆਂ-ਛੋਟੀਆਂ ਤੇ ਕਾਫੀ ਬਣ ਗਈਆਂ ਦੋ ਸਕੂਲ ਆ ਜੀ ਕੁੜੀਆਂ ਦਾ ਸਕੂਲ ਮਿਡਲ ਤੱਕ ਆ ਜੀ ਬੱਚੀਆਂ ਦਾ ਤੇ ਮੁੰਡਿਆਂ ਦਾ ਸਕੂਲ ਹੈ ਫਿਲਹਾਲ ਪ੍ਰਾਇਮਰੀ ਜਿਹਾ ਇੱਕ ਦੋ ਪ੍ਰਾਈਵੇਟ ਵੀ ਬਣੇ ਆ ਲੇਕਿਨ ਉਹ ਪਿੰਡ ਤੋਂ ਬਾਹਰ ਆ ਜੀ ਉਹ ਕਿਸੇ ਦਿਨ ਇਨਸ਼ਾਅੱਲਾ ਟਾਈਮ ਮਿਲਿਆ ਤੁਹਾਨੂੰ ਉਹਨਾਂ ਦਾ ਵਿਜ਼ਿਟ ਕਰਾਵਾਂਗੇ ਆਪਾਂ ਹੁਣ ਚੱਲਦੇ ਆਂ ਜੀ ਵਾਪਸੀ ਇਹ ਨਾਇਆ ਜਿਆ ਕਰਿਆਨੇ ਦੁਕਾਨ ਦੇ ਨਾਲ ਮਾਸ਼ਾਅੱਲਾ ਦਰਜੀ ਸਾਹਿਬ ਦੀ ਦੁਕਾਨ ਆ ਜੀ ਇਹ ਮਕਾਨ ਨਵੇਂ ਬਣ ਰਹੇ ਜੀ ਆਪਣੇ ਛੋਰੀ ਮਕਸੂਦ ਸਾਹਿਬ ਹੁਣਾ ਦੇ ਤੇ ਉਹ ਸਾਹਮਣੇ ਮਸਜਿਦ ਦਾ ਮਨਾਰ ਤੁਸੀਂ ਦੇਖ ਰਹੇ ਹੋ ਜੀ ਮਾਸ਼ਾਅੱਲਾ ਉਹ ਵੀ ਜਾ ਕੇ ਤੁਹਾਨੂੰ ਦਿਖਾਉਨੇ ਆ ਇਹ ਆ ਜੀ ਛੋਰੀ ਬशीर जाट ਕਰਿਆਨਾ ਸਟੋਰ ਅਬਦੁੱਲਾ ਭਾਈ ਨਾਲ ਤੁਸੀਂ ਮਿਲੇ ਉਹਨਾਂ ਦੀ ਸ਼ਾਪ ਆ ਜੀ ਵੀਡੀਓ ਜੀ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਈ ਸੀ ਅਬਦੁੱਲਾ ਭਾਈ ਨਾਲ ਤੇ ਉਹਨਾਂ ਦੇ ਛੋਟੇ ਭਾਈ ਅਸਦ ਨਾਲ ਇਹ ਆ ਜੀ ਆਪਣੇ ਮਾਸ਼ਾਅੱਲਾ ਜਾਮਿਆ ਮਸਜਿਦ ਗੁਲਜ਼ਾਰੇ ਮਦੀਨਾ ਪਿੰਡ ਦੀ ਜੀ ਮਾਸ਼ਾਅੱਲਾ ਬਹੁਤ ਖੂਬਸੂਰਤ ਤੇ ਬਹੁਤ ਵਸੀਹ ਹੁਣ ਦੁਬਾਰਾ ਸ਼ੀਦ ਕਰਕੇ ਬਣੀ ਸੀ ਜੀ ਅਜ ਤੋਂ ਤਕਰੀਬਨ ਕੁ 10 ਸਾਲ ਪਹਿਲਾਂ ਲੇਕਿਨ ਹੌਲੀ ਹੌਲੀ ਹੁਣ ਮਨਾਰ ਹੁਣ ਤਮੀਰ ਹੋਇਆ ਜੀ ਦੇਖੋ ਮਾਸ਼ਾਅੱਲਾ ਇਹ ਟੋਟਲ ਮਸਜਿਦੇ ਨਬਵੀ ਦੇ ਵਿੱਚ ਜਿਹੜਾ ਹੈ ਜੀ ਗੁੰਬਦ-ਏ-ਖਜ਼ਰਾ ਛੇ ਮੋਦੀ ਕਾਪੀ ਕੀਤੀ ਗਈ ਹੈ ਜੀ ਤੇ ਹੁਣ ਆਪਾਂ ਮੌਨ ਗਏ ਆਂ ਜੀ ਦੇਖੋ ਚੱਕ ਕਰੋ ਜਰਾ ਆਟਾ ਚੱਕੀ ਤੇ ਇੱਥੋਂ ਭਾਈ ਆਟਾ ਚੱਕਣਾ ਸੇ ਭਾਈ ਅੰਦਰ ਪਹੁੰਚ ਚੁਕੇ ਆ ਤੇ ਨਾਲ ਪਹੁੰਚ ਗਿਆ ਗੰਜਾ ਹਾਲਾਂਕਿ ਉਹਨੇ ਕਰਨਾ ਕੁਝ ਵੀ ਨਹੀਂ ਲੇਕਿਨ ਸਿਰਫ ਰੌਲਾ ਪਾ ਰਿਹਾ ਉਹ ਪਹਿ ਨਦੀਮ ਕਹਿ ਰਿਹਾ ਸੀ ਕਿ ਮੈਂ ਜਾ ਰਿਹਾ ਜ਼ਰਾ ਦੂਸਰੇ گاؤں ਤੇ ਤੁਸੀਂ ਚੱਕ ਕੇ ਲੈ ਜਾਓ ਆਟਾ ਪੀਸ ਹੋ ਗਿਆ ਤੇ ਇਹ ਭਾਈ ਦੇਖੋ ਇਹਨਾਂ ਨੂੰ ਬੋਰਾ ਨਹੀਂ ਲੱਭਣ ਡਿਆ ਮੈਨੂੰ ਲੱਗ ਗਈ ਏ ਸਮਝੋ ਨਹੀਂ ਭਾਈ ਇਹ ਨਹੀਂ ਬੋਰਾ ਹੈਗਾ ਇਹ ਭਾਈ ਚਿੱਟਾ ਬੋਰਾ ਆਪਣਾ ਚਿੱਟਾ ਹੈ ਆ ਦੇ ਭਾਈ ਉੱਤੇ ਨਾਮ ਵੀ ਲਿਖਿਆ ਆਪਣਾ ਸ਼ਾਮੀ ਹਾਂਜੀ ਲਿਖਿਆ ਨਾ ਇਹ ਬੋਰਾ ਸੀ ਵਿਸ਼ਾ ਆਪਣਾ ਚੁੱਕ ਲਓ ਇਹਨੂੰ ਚਾ ਉਹ ਕਿਦਾਂ ਭਾਈ ਅਬਦੁੱਲਾ ਠੀਕ ਆ ਹੁਣ ਅਬਦੁੱਲਾ ਭਾਈ ਭਾਈ ਮੋਟਰਸਾਈਕਲ ਤੇ ਡੇਪਿਆ ਸੀ ਉਹਦੇ ਉੱਤੇ ਕਾਫੀ ਛਟਾ ਛੋਟਾ ਲੱਗੀਆਂ ਕੋਹੱਡੀ ਵੀ ਫ੍ਰੈਕਚਰ ਹੋਈ ਐ ਅੱਲਾ ਪਾਕ ਉਹਨਾਂ ਨੂੰ ਜਲਦ ਸ਼ੀਦਿਆ ਫਰਮਾਇ ਜੀ ਉਸੇ ਭਾਈ ਦੇ ਕੋਲੋਂ ਜ਼ੋਰਤ ਮਾਈ ਕਰਾਉਨੇ ਆ ਆਪਾਂ ਦੇ ਹੋ ਗਏ ਹੁਣ ਬੁੱਢੇ ਮੈਂ ਕਹੇ ਚੁਕਣ ਭਾਈ ਆਟੇ ਦਾ ਪੂਰਾ ਨਰੀਆ ਸਾਹਮਣੇ ਆ ਭਾਈ ਆਪਣਾ ਫਾਸਟ ਫੂਡ ਸ਼ਾਪ ਚਮੋਸੇ ਨਾਨ ਇਹ ਭਾਈ ਇਹ ਤਾਂ ਛੋਟੀ ਜੀ ਮਾਰਕੀਟ ਹੈ ਇੱਕ ਮੋਟਰਸਾਈਕਲਾਂ ਦੀ ਦੁਕਾਨ ਆ ਨਾਲ ਹੀ ਚਿਕਨ ਵਾਲੀ ਦੁਕਾਨ ਆ ਤੇ ਕਾਰਨ ਵਾਲੀ ਦੁਕਾਨ ਹੈ ਮਾਸਟਰ ਸੰਦਰਜੀ ਸਾਹਿਬ ਦੀ ਜੀ ਜੀ ਦੋਸਤੋ ਵੀਡੀਓ ਕੈਸੀ ਲੱਗੀ ਅੱਜ ਦੀ ਦੇਖ ਕੇ ਜ਼ਰੂਰ ਦੱਸਿਓ